ਹੋਈ ਗੱਲ ਆਪਾਂ ਠੀਕ ਆਮ ਆਦਮੀ ਪਾਰਟੀ ਡਾਕਟਰ ਰਾਜਕੁਮਾਰ ਜੱਬੇਵਾਲੀ ਡਾਕਟਰ ਰਾਜਕੁਮਾਰ ਜੱਬੇਵਾਲੀ ਸਰਦਾਰ ਕਰਮਜੀਤ ਕੁਮਾਰੀ ਕਰਮੀ ਸਿੰਘ ਕੁਮਾਰ ਕਰਮੀ ਸਿੰਘ ਕੁਮਾਰ ਚਲੋ ਹੋ ਗਿਆ ਇੱਕ ਮਿੰਟ ਦੇਖ ਲੈਂਦੇ ਸਾਰੇ ਬੀਬੀਆਂ ਨੇ ਨਾਰਾ ਲਾ ਦੋ ਮਾੜਾ ਅੱਜ ਦੂਸਰੇ ਦਿਨ ਦਾ ਚੋਣ ਪ੍ਰਚਾਰ ਜਿਹੜਾ ਉਹ ਦਸੂਹਾ ਹਲਕੇ ਦੇ ਵਿੱਚ ਕਰਮਵੀਰ ਘੁੰਮਣ ਜੀ ਸਾਡੇ ਵਿਧਾਇਕ ਸਾਹਿਬ ਦਸੂਹਾ ਉਹਨਾਂ ਦੀ ਰਹਿਨੁਮਾਈ ਦੇ ਹੇਠ ਚੱਲ ਰਿਹਾ ਔਰ ਲੋਕਾਂ ਦੇ ਵਿੱਚ ਜਿਹੜਾ ਉਤਸ਼ਾਹ ਹੈ ਉਹ ਵਾਕਿਆ ਕਾਬਲੇ ਤਾਰੀਫ ਹੈ। ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਕਾਰਗੁਜ਼ਾਰੀ ਤੋਂ ਬਹੁਤ ਖੁਸ਼ ਨੇ ਔਰ ਜਿਸ ਤਰ੍ਹਾਂ ਪਿਆਰ ਦਿਖਾਇਆ ਜਿਸ ਤਰ੍ਹਾਂ ਲੱਡੂਆਂ ਦੇ ਨਾਲ ਤੋਲਿਆ ਗਿਆ ਅਤੇ ਮੈਂ ਸਾਰੇ ਨਗਰ ਦਾ ਘੁੰਮਣ ਸਾਹਿਬ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਹਾਂ ਲੋਕ ਦੇਖੋ ਆਰਮੀ ਜੋ ਕੰਢੀ ਦੇ ਸਾਡੇ ਲੋਕ ਨੇ ਜਾਂ ਐਕਸ ਸਰਵਿਸਮੈਨ ਨੇ ਜਾਂ ਉਹਨਾਂ ਦੇ ਬੱਚੇ ਨੇ ਉਹਨਾਂ ਦੇ ਵਿੱਚ ਬਹੁਤ ਨਿਰਾਸ਼ ਹੈ ਜੋ ਕੇਂਦਰ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਕਿ 4 ਸਾਲ ਲਈ ਠੇਕੇ ਦੇ ਫੌਜੀ ਜੋ ਭਰਤੀ ਕਰਨ ਦਾ ਜੋ ਫੈਸਲਾ ਹੈ ਇਹ ਵਾਕਿਆ ਹੀ ਇਸ ਦੇ ਨਾਲ ਜਿੱਥੇ ਨਿਰਾਸ਼ਾ ਹੈ ਉੱਥੇ ਜੇ ਰੱਬ ਨਾ ਕਰੇ ਜੇਕਰ ਬੱਚਾ ਕੋਈ ਸ਼ਹੀਦ ਹੋ ਜਾਂਦਾ ਤੇ ਉਹਨਾਂ ਨੂੰ ਕੋਈ ਰਾਹਤ ਵੀ ਕੇਂਦਰ ਸਰਕਾਰ ਵੱਲੋਂ ਨਹੀਂ ਦਿੱਤੀ ਜਾਂਦੀ ਪਰ ਲੋਕ ਇਸ ਚੀਜ਼ ਤੋਂ ਥੋੜਾ ਬਹੁਤ ਸੈਟੀਸਫਾਈਡ ਨੇ ਖੁਸ਼ ਨੇ ਕਿ ਜੇਕਰ ਕੋਈ ਅਗਨੀਵੀਰ ਲੜਾਈ ਦੇ ਦੌਰਾਨ ਸ਼ਹੀਦ ਹੋ ਜਾਂਦਾ ਤੇ ਪੰਜਾਬ ਸਰਕਾਰ ਉਹਨੂੰ ਸ਼ਹੀਦ ਦਾ ਦਰਜਾ ਦਿੰਦੀ ਤੇ ਔਰ 1 ਕਰੋੜ ਰੁਪਏ ਦੀ ਜਿਹੜੀ ਰਾਸ਼ੀ ਹੈ ਉਹ ਵੀ ਦਿੱਤੀ ਜਾਏਗੀ। ਲੋਕਾਂ ਦੇ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਲੋਕਾਂ ਦੇ ਵਿੱਚ ਕੰਮਾਂ ਦੇ ਪ੍ਰਤੀ ਬਹੁਤ ਖੁਸ਼ੀ ਦੀ ਲਹਿਰ ਹੈ। ਆਮ ਆਦਮੀ ਕਲੀਨਿਕ ਜਿਸ ਤਰ੍ਹਾਂ ਬਣਾਏ ਜਾ ਰਹੇ ਨੇ ਬਿਲਕੁਲ ਗੁਆਂਢ ਦੇ ਵਿੱਚ ਭੰਬੋ ਤਾੜ ਦੇ ਇੱਕ ਆਮ ਆਦਮੀ ਕਲੀਨਿਕ ਹੈ ਔਰ ਲੋਕਾਂ ਨੂੰ ਫ੍ਰੀ ਦਵਾਈਆਂ ਮਿਲ ਰਹੀਆਂ ਫ੍ਰੀ ਪੜ੍ਹਾਈ ਮਿਲ ਰਹੀ ਹੈ ਔਰ ਇਸ ਦੇ ਨਾਲ ਨਾਲ ਬੱਚਿਆਂ ਦੇ ਰੁਜ਼ਗਾਰ ਦੇ ਜਿਹੜੇ ਮੌਕੇ ਆ ਉਹ ਵੀ ਪੈਦਾ ਹੋ ਰਿਹਾ ਸੋ ਇਸ ਕਰਕੇ ਲੋਕ ਇਸ ਜੋ ਸਰਕਾਰ ਦੀ ਇਹ ਕਾਰਗੁਜ਼ਾਰੀ ਹੈ ਜਾਂ ਇਹ ਕੰਮ ਨੇ ਉਸ ਤੋਂ ਕਿਤੇ ਨਾ ਕਿਤੇ ਬੇਹੱਦ ਸੰਤੁਸ਼ਟ ਜਾਪਦੇ ਨੇ।